ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਖੁਸ਼ੀ ਇਹ ਹੈ ਬਈ ਦਿਦਾਰ ਸਿੰਘ ਤੇ ਚੌਧਰੀ ਸਾਹਿਬ ਨੇ ਪਿਛਲੇ 10 ਸਾਲਾਂ ਦੀ ਮੁਸ਼ਕਲ ਤੋਂ ਬਾਅਦ ਇਸ ਕਾਰਜ ਨੂੰ ਸਿਰੇ ਚਾੜਿਆ ਤੇ ਮੈਂ ਇਹਨਾਂ ਨੂੰ ਦੇਖਦਾ ਰਿਹਾ ਵੀ 18-18 ਘੰਟੇ ਰਾਤੀ ਦਿੱਲੀ ਜਾਂਦੇ ਸੀ ਅਤੇ ਸਵੇਰੇ ਵਾਪਸ ਆਏ ਕੰਮ ਕਰਦੇ ਸੀ ਬਹੁਤ ਮਿਹਨਤ ਕਰੀ ਹੈ ਸੋ ਨੌਰਥ ਇੰਡੀਆ 'ਚ ਇੱਕ ਵੱਡਾ ਉਪਰਾਲਾ ਹੈ ਬੜੇ ਨਵੇਂ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ ਬਹੁਤ ਸਾਰੇ ਨੌਜਵਾਨਾਂ ਨੂੰ ਸਿਹਤ ਮਿਲੇਗੀ ਕੰਮ ਤਾਂ ਆਪਾਂ ਸਾਰੀ ਉਮਰ ਕਰਦੇ ਪਰ ਅਸੀਂ ਪਿੰਡ ਵਾਲਿਆਂ ਸਾਨੂੰ ਸੇਵਿੰਗ ਦਾ ਵੀ ਨਹੀਂ ਪਤਾ ਅਤੇ ਜਿਹੜਾ ਪੈਸਾ ਪਿਆ ਉਹਨੂੰ ਵਰਤਣਾ ਕਿ ਨਹੀਂ ਵੀ ਪਤਾ ਆਮ ਤੌਰ 'ਤੇ ਪਿੰਡ ਵਾਲੇ ਕੀਲਾ ਲੈ ਲੈਂਦੇ ਹੈ ਜਾਂ ਪਲਾਟ ਲੈ ਲੈਂਦੇ ਹੈ ਪਰ ਸਾਨੂੰ ਇਹ ਪਤਾ ਨਹੀਂ ਸੀ ਵੀ ਇਹ ਵੀ ਇੱਕ ਕੰਮ ਹੈ ਸੋ ਮੈਨੂੰ ਵੀ ਇਹਨਾਂ ਨੂੰ ਮਿਲ ਕੇ ਪਤਾ ਲੱਗਿਆ ਆਓ ਸਾਰੇ ਇਹਨਾਂ ਵੀਰਾਂ ਨੂੰ ਵਧਾਈ ਦੇਈਏ ਅਤੇ ਹੌਸਲਾ ਦੇਈਏ ਤਾਂ ਕਿ ਸਾਡੇ ਮੁਲਕ 'ਚ ਜਿਸ ਤਰ੍ਹਾਂ ਬਾਕੀ ਕਾਰਪੋਰੇਟ ਹੈ ਇਹ ਵੀ ਆਪਣਾ ਝੰਡਾ ਚੜ੍ਹਾ ਦੇਣ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਉਦੋਂ ਦੋ ਚਾਰ ਅਖਾੜਿਆਂ ਦੇ ਇੱਧਰ ਕਰੇ ਹੁੰਦੇ ਤਾਂ ਹੁਣ ਨੈੱਟ 'ਤੇ ਗਾਣੇ ਪਾਉਣ ਦੀ ਵਿਆਹ 'ਚ ਨੱਚਣ ਦੀ ਲੋੜ ਨਹੀਂ ਪਰ ਹੁਣ ਸਾਨੂੰ ਸਾਡੀ ਮਜਬੂਰੀ ਹੈ ਵੀ ਅਸੀਂ ਉਦਾਂ ਦੇ ਬਣੇ ਨਹੀਂ ਫਾਰਮਰ ਬਈ ਤੁਸੀਂ ਨਾ ਇੱਕ ਗੱਲ ਕਹੀ ਸੀ ਕਿ ਅਸੀਂ ਨਾ ਪਿੰਡ ਵਾਲੇ ਜ਼ਮੀਨਾਂ ਨਾਲ ਅਸੀਂ ਜ਼ਿਆਦਾ ਜੁੜੇ ਹੁੰਦੇ ਹਾਂ ਇਨਵੈਸਟਮੈਂਟ ਸਾਡੀ ਕਿਤੇ ਨਾ ਕਿਤੇ ਉੱਧਰ ਹੀ ਹੁੰਦੀ ਹੈ ਜ਼ਮੀਨ ਲੈ ਲਈ ਉੱਧਰ ਪਰ ਹੁਣ ਆਪਾਂ ਜ਼ਮੀਨ ਲਵਾਂਗੇ ਇੱਥੇ ਜ਼ਮੀਨਾਂ ਵੈਸੇ ਘੱਟ ਗਈਆਂ ਮਹਿੰਗੀਆਂ ਵੀ ਸਮਝੋ ਕਾਰਪੋਰੇਟ ਨੂੰ ਸਮਝੋ ਕਾਰਪੋਰੇਟ ਵਰਲਡ ਬੜਾ ਡਿਫਰੈਂਟ ਹੈ ਬਿਲਕੁਲ ਅਸੀਂ ਥੋੜ੍ਹੀ ਚੱਲਦੇ ਹਾਂ ਇਹ ਸਾਨੂੰ ਚਲਾਉਂਦਾ ਬੇਸ਼ੱਕ ਪ੍ਰੋਬਲਮ ਕਿੱਥੇ ਆਉਂਦੀ ਹੈ ਕਿ ਇਨਵੈਸਟਮੈਂਟ ਦਾ ਤਰੀਕਾ ਅਸੀਂ ਵੀ ਬਦਲ ਲਿਆ ਉਹਨਾਂ ਨੇ ਤਾਂ ਕਰਨਾ ਹੈ ਬਿਲਕੁਲ ਜਿੱਥੇ ਫਸਲ ਹੁੰਦੀ ਹੈ ਉੱਥੇ ਪੱਥਰ ਲਾਤਾ ਜਿੱਥੇ ਫਸਲ ਨਹੀਂ ਹੁੰਦੀ ਉਹ ਵਿਹਲੀ ਪਈ ਹੈ ਇੱਥੋਂ ਪਠਾਨਕੋਟ ਤੱਕ ਕੱਚੀਆਂ ਪਹਾੜੀਆਂ ਉੱਥੇ ਵਸਾਉਂਦੇ ਨਾ ਕਲੋਨੀਆਂ ਨਾਲੇ ਪਹਾੜਾਂ 'ਚ ਸੋਹਣੀਆਂ ਲੱਗਣੀਆਂ ਸੀ ਆਹ ਜਿਹੜੀ ਉਪਜਾਊ ਪੱਟੀ ਹੈ ਖਾ ਲਈ ਆਪਾਂ ਨੇ ਚੰਡੀਗੜ੍ਹ ਨਾਲ ਰਲ ਗਿਆ ਖਰੜ ਖਰੜ ਮਰਿੰਡੇ ਕੋਲ ਚਲੇ ਗਿਆ ਗਾਂ ਸਾਹਨੇ ਵਾਲਾ ਗਿਆ ਸੜਕ ਸਾਰੀ ਕਵਰ ਹੈ ਕਿਤੇ ਖਾਲੀ ਦਿਖਦਾ ਖੇਤ ਉਹ ਅਸੀਂ ਪੱਥਰ ਬੀਜ ਲਿਆ ਇਹ ਗਲਤੀ ਹੈ ਪਰ ਆਪਾਂ ਕਹਿੰਦੇ ਵੀ ਸਾਡਾ ਕਿਲਾ ਹੋ ਗਿਆ ਫਿਲਹਾਲ 2 ਕਰੋੜ ਦਾ ਅੱਗੇ ਜਿਹੜੀ ਮੋਹਾਲੀ ਬੱਚਿਆਂ ਨੇ ਕਹਿਣਾ ਵੀ ਕੋਠੀ ਤਾਂ ਮੋਹਾਲੀ ਲੱਗੇ ਦੇ ਵਾ ਉਹ 6 ਕਰੋੜ ਦੀ ਹੈ ਸੋ ਸਾਡਾ ਮੁੱਖ ਕਿੱਤਾ ਖੇਤੀ ਸੀ ਅਸੀਂ ਖੇਤੀ 'ਚ ਥੋੜ੍ਹੇ ਥੋੜ੍ਹੇ ਪੈਸੇ ਕੱਢ ਕੇ ਜਿੱਦਾਂ ਸਟਾਕ ਵਾਲੇ ਨਵੇਂ ਮੁੰਡੇ ਆ ਜਾਂ ਅਸੀਂ ਕਿਸੇ ਐਪ 'ਚ ਇਨਵੈਸਟ ਕਰੀਏ ਜਾਂ ਅਸੀਂ ਕੋਈ ਨਵੇਂ ਬੱਚੇ ਜਿਹੜੇ ਰਿਸਰਚਰ ਆ ਉਹਨਾਂ ਦੀ ਟੀਮਾਂ ਬਣਾ ਕੇ ਕੰਮ ਕਰੀਏ ਜਾਂ ਅਸੀਂ ਪ੍ਰੋਸੈਸਿੰਗ ਪਲਾਂਟ ਲਾਈਏ ਸਾਡਾ ਬਾਗ ਹੈ ਆਪਦਾ ਜੂਸ ਤਿਆਰ ਕਰਕੇ ਆਨਲਾਈਨ ਵੇਚਣ ਸਾਨੂੰ ਫਾਰਮੈਟ ਬਦਲਣਾ ਹੈ ਨਾ ਅਸੀਂ ਉਦਾਂ ਸਟਿੱਕ ਨਹੀਂ ਰਹਿ ਸਕਦੇ ਜਿੱਦਾਂ ਸਾਡੇ ਪਰਿਵਾਰ ਸੀ ਭਾਈ ਇੱਕ ਚੀਜ਼ ਹੈ ਜਿੱਦਾਂ ਕਿ ਤੁਸੀਂ ਕਿਹਾ ਕਿ ਮੈਂ ਵੀ ਅਵੇਅਰ ਨਹੀਂ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਮੈਂ ਉਹੀ ਤੁਹਾਨੂੰ ਦੱਸਿਆ ਵੀ ਜੇ ਉਦੋਂ ਮੰਨ ਲਓ ਉਦੋਂ ਜੇ ਆਪਾਂ 20 ਸਾਲ ਪਹਿਲਾਂ ਸਟਾਕ 'ਚ ਆ ਜਾਂਦੇ ਤਾਂ ਮੈਨੂੰ ਲੱਗਦੀ ਹੈ ਵੀ ਆਪਾਂ ਬਹੁਤ ਵੱਡਾ ਬਿਜ਼ਨਸ ਕਰ ਲੈਂਦੇ ਮੇਰਾ ਸਵਾਲ ਇਹੀ ਹੈ ਕਿ ਜਿੱਦਾਂ ਹੁਣ ਆਹ ਪਲੇਟਫਾਰਮ ਆ ਹੈ ਨਾ ਇਹ ਐਪ ਦਾ ਬਹੁਤ ਲੋਕਾਂ ਨੂੰ ਐਜੂਕੇਸ਼ਨ ਨਹੀਂ ਇਸ ਬਾਰੇ ਕਿ ਕਿਵੇਂ ਇਨਵੈਸਟ ਕਰਨਾ ਕਿੱਥੇ ਇਹਨਾਂ ਨੇ ਹੁਣ ਬਹੁਤ ਅੱਛਾ ਬਣਾਤਾ ਇਹਨਾਂ ਨੇ ਐਪ ਵੀ ਬਣਾਤਾ ਐਪ 'ਚ ਤੁਸੀਂ ਆਪਦਾ ਆਪਣੀ ਮਰਜ਼ੀ ਨਾਲ ਵੀ ਖੇਡ ਸਕਦੇ ਹੋ ਤੁਸੀਂ ਇਹਨਾਂ ਦੀ ਟੀਮ ਨਾਲ ਵੀ ਖੇਡ ਸਕਦੇ ਹੋ ਐਜੂਕੇਟ ਹੋ ਸਕਦੇ ਪਤਾ ਲਾ ਸਕਦੇ ਹਾਂ ਇਹਨਾਂ ਨੇ ਕਲਾਸਾਂ ਲਾਇਆ ਕਰਨੀਆਂ ਇਹ ਆਨਲਾਈਨ ਵੀ ਕਲਾਸਾਂ ਸ਼ੁਰੂ ਕਰਨਗੇ ਜ਼ੂਮ ਕਲਾਸਿਸ ਵੀ ਸ਼ੁਰੂ ਕਰਨਗੇ ਫ੍ਰੀ 'ਚ ਹੋਣਗੇ ਸਾਰਾ ਕੁਝ ਫ੍ਰੀ ਮੇਨ ਚੀਜ਼ ਇਹ ਆ ਲੋਕ ਦੇਖੋ ਬਿਜ਼ਨਸ ਤਾਂ ਹਰ ਬੰਦਾ ਕਰਦਾ ਪਰ ਇੱਕ ਬਿਜ਼ਨਸਮੈਨ ਦਾ ਇਨਸਾਨ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਜੇ ਇੱਕ ਬਿਜ਼ਨਸਮੈਨ ਕਹਿੰਦਾ ਵੀ ਮੈਂ ਤਾਂ ਆਪਦਾ ਕਮਿਸ਼ਨ ਲੈ ਲੈਣਾ ਪਰ ਤੁਹਾਨੂੰ ਉਹ ਪੜਾਉਣਾ ਨਹੀਂ ਚਾਹੁੰਦਾ ਕਿਉਂਕਿ ਉਹਨੇ ਤਾਂ ਤੁਹਾਤੋਂ ਕੰਮ ਲੈਣਾ ਬਟ ਇਹ ਤੁਹਾਨੂੰ ਪੜਾਉਣਾ ਵੀ ਚਾਹੁੰਦੇ ਇਹ ਨਹੀਂ ਕਹਿੰਦੇ ਵੀ ਤੁਸੀਂ ਇਹਨਾਂ ਨਾਲ ਇਨਵੈਸਟਮੈਂਟ ਕਰੋ ਇਹ ਕਹਿੰਦੇ ਤੁਸੀਂ ਜਿੱਥੇ ਮਰਜ਼ੀ ਕਰੋ ਸਾਤੋਂ ਸਿੱਖ ਕੇ ਲੈ ਜਾਓ ਕਲਾ ਤਾਂ ਸਾਰੀ ਉਮਰੇ ਨਹੀਂ ਆਉਂਦੀ ਬੰਦੇ ਨੂੰ ਜਿੰਨੀ ਮਰਜ਼ੀ ਮਿਹਨਤ ਕਰ ਲੇ ਕਲਾ ਦੀ ਤਾਂ ਪਹਿਲੀ ਪੌੜੀ ਨਹੀਂ ਚੜ ਹੁੰਦਾ ਸਿੱਖੀ ਜਾਂਦੇ ਅਜੇ ਅਜੇ ਤਾਂ ਇੰਨੇ ਸਾਰੇ ਹਾਸਲ ਕਰੀਏ ਗਾਉਣਾ ਤਾਂ ਅਜੇ ਹੈ ਅੱਗੇ ਜਾ ਕੇ
ਜਿੱਥੋਂ ਤੱਕ ਕਾਰ ਦੀ ਗੱਲ ਹੈ, ਕਾਰਾਂ ਦਾ ਇਹਨਾਂ ਦਾ ਵਪਾਰ ਆ, ਕਾਰ ਇਹ ਦੇ ਦਿੰਦੇ ਸਾਨੂੰ, ਸਾਡੇ ਕੋਲ ਕਾਰ ਹੈ ਨਹੀਂ ਆਪਣੀ। प्रभाव हों बचपन तो पंजाबी तो मैं पंजाबी नूं प्यार करदा, मेरे सरहद तो पार वालों नूं मैं हमेशा उन्हां दी भी गल करदा, उन्हां लई स्पैशल गाने लिखदा। जो तुसीं बचपन च सुणदे हो की सुणदे हो, पंजाबी गीत भी सुणदे रहे, जिहड़ा फिल्मां दा संगीत सी उहदे च भी सारे पंजाबी सी, मदन मोहन साहब हो गए, ओ पी नय्यर साहब हो गए, पंजाबी फिल्मां दे जिहड़े अदाकार सी ओह भी पंजाबी सी, ओह भी प्रभाव सी, फिर उहनां दे गाने भी सुणदे सी, ओह हिंदी च हुंदे सी, फिर जगजीत सिंह नूं भी सुणदे सी, फिर असीं उधरले पंजाब वालिआं नूं भी सुणदे हां, नुसरत साहब हो गए, गुलाम अली साहब, तो ओह इक प्यार सी, तां ओह हौली हौली गज़लां दा इक शौक पै गिआ भी इह भी इक बन गई लिखत दी, भी जिहड़े बंदे साडी भाषा नहीं सुणदे चल इहदे च अपनी गल दिल दी सुणा दी, गल तां टुटे दिल दी आ।